ਸ਼ੇਰੇ ਸਿੰਘਾਂ ਨੂੰ ਧੋਖਾ ਕੀਤਾ ਤੁਸੀਂ? ਕੀ ਕੀਤਾ? ਸ਼ੇਰੇ ਸਿੰਘਾਂ ਨੂੰ ਵੱਖਰੇ ਥਾਣੇ 'ਚ ਲੈ ਗਏ, ਰਸਤਾ ਦੱਸਦੇ ਦੱਸਦੇ ਨਾਲ ਹੀ ਜਾਣਗੇ ਸਾਰੇ ਬਹੁਤ ਸਿੰਘ ਸਾਰੇ ਯਾਰ ਐ ਲੜਦੇ ਕਿਉਂ ਹੱਦ ਹੋ ਗਈ ਸਾਰੇ ਇੱਕ ਬਾਅਦ ਚ ਜਾਣਗੇ ਮੁਰਦਾਬਾਦ 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 ਛੋਟਾ ਛੋਟਾ ਸਿੰਘ ਛੋਟਾ ਸਾਰੇ ਬਸ ਹੋਰ ਲੈ ਕੇ ਚੜੋ ਚੜੋ ਤੁਸੀਂ ਚੜੋ 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 ਅਸੀਂ ਚੜ ਜਾ ਆਪੇ ਦੂਜੀ ਬੱਸ ਨੀ ਮਿਲਿਆ ਕੋਈ ਨਾ ਉਹ ਨਾਲ ਹੀ ਸਾਰੇ ਨਾਲ ਹੀ ਰਹਿਣਾ ਤੁਸੀਂ ਬੋਲਦੇ ਹੋ ਬਸ ਯਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਲਗਾਤਾਰ ਢੱਡਰੀਆਂ ਵਾਲਾ ਖਿਲਾਫ਼ ਬੋਲ ਰਿਹਾ ਅਤੇ ਸਰਕਾਰ ਉਹਨੂੰ ਆਪਣੀ ਸਿਕਿਉਰਿਟੀ ਥੱਲੇ ਉਹਦਾ ਜੋ ਕੂੜ ਪ੍ਰਚਾਰ ਹੈ ਗੁਰੂ ਘਰ ਦੇ ਕਰਵਾ ਰਹੀ ਹੈ। ਅੱਜ ਜਿਹੜੀ ਹੈ ਸਿੰਘਾਂ ਜਥੇਬੰਦੀਆਂ ਦੀ ਅਰੈਸਟ ਪਾਈ ਜਾ ਰਹੀ ਆ, ਸੋ ਸਰਾਸਰ ਇਹ ਪੰਜਾਬ ਸਰਕਾਰ ਨੂੰ ਧੱਕਾ ਹੋ ਰਿਹਾ। ਹਾਂ ਗੱਡੀ ਚੱਲੀ ਆਪ ਭਾਈ ਹਰੀ ਸਿੰਘ ਜੀ ਗੱਡੀ ਲੈ ਜੀ ਨਾਲ ਉੱਥੇ।